Hello everyone, this is Kuldeep Singh, teacher of Guru Har Gobind Public High School, Fatehgarh. Today, beta, we will solve exercise 4.1. Haan ji beta, 4.1 da first part dekho bhi. The cost of notebook is twice the cost of pen. Clear hai bhi? Write a linear equation in two variables to represent this statement. Clear hai bhi? Haan ji beta, kime solve karange? Unna ne ki kahe? Cost of notebook is twice the cost of pen kahega bhi. ਕਲੀਅਰ ਹੈ ਸਭ ਤੋਂ ਪਹਿਲਾਂ ਆਪਾਂ ਕੀ ਲਿਖਾਂਗੇ ਕੋਸਟ ਆਫ ਕੁਐਸਚਨ ਫਸਟ ਲੈਟ ਕੋਸਟ ਆਫ ਨੋਟਬੁੱਕ ਬੀ ਐਕਸ ਕਲੀਅਰ ਹੈ ਵੀ ਐਂਡ ਕੋਸਟ ਆਫ ਪੈੱਨ ਬੀ ਵਾਈ ਦੈਨ ਅਕੋਰਡਿੰਗ ਟੂ ਕੁਐਸਚਨ ਉਹਨਾਂ ਨੇ ਕੀ ਕਿਹਾ ਸੀਗਾ ਦੀ ਕੋਸਟ ਆਫ ਨੋਟਬੁੱਕ ਇਜ਼ ਨੋਟਬੁੱਕ ਦੀ ਕੋਸਟ ਕੀ ਹੈ ਐਕਸ ਹੈ ਇਜ਼ ਕੀ ਕਹਿੰਦਾ ਟਵਾਈਸ ਦਾ ਕੋਸਟ ਆਫ ਪੈੱਨ ਪੈੱਨ ਦੀ ਕੋਸਟ ਵਾਈ ਹੈ ਤਾਂ ਟਵਾਈਸ ਹੋ ਜੂ 2y ਬਣ ਜੂ ਕਲੀਅਰ ਹੈ ਵੀ ਜਾਂ ਇਹਨੂੰ ਆਪਾਂ ਐਵੇਂ ਲਿਖ ਸਕਦੇ ਹਾਂ ਐਕਸ ਐਵੇਂ ਜੂ 2y ਇੱਧਰ ਆ ਕੇ ਕੀ ਹੋ ਜੂਗਾ ਮਾਈਨਸ ਦਾ ਬਰਾਬਰ ਕੀ ਹੋ ਜੂ 0 ਆਹ ਤੁਹਾਡੀ ਕੀ ਬਣ ਗਈ ਇਕੁਏਸ਼ਨ ਕਲੀਅਰ ਹੈ ਉਹਨਾਂ ਨੇ ਕੀ ਕਿਹਾ ਸੀਗਾ ਰਾਈਟ ਇਕੁਏਸ਼ਨ ਲੀਨੀਅਰ ਇਕੁਏਸ਼ਨ ਇਹਨੂੰ ਆਪਣਾ 2 ਵੈਰੀਏਬਲ ਕਲੀਅਰ ਹੈ 2 ਵੈਰੀਏਬਲ ਦੇ ਵਿੱਚ ਆਪਾਂ ਨੇ ਇਕੁਏਸ਼ਨ ਬਣਾ ਦਿੱਤੀ 2 ਵੈਰੀਏਬਲ ਕਿਹੜੇ ਬਣ ਗਏ ਇੱਥੇ ਐਕਸ ਉਰੇ ਵਾਈ 2 ਵੈਰੀਏਬਲ ਬਣ ਗਏ ਕਲੀਅਰ ਹੈ ਵੀ ਇਹ ਸੀਗਾ ਫਸਟ ਪਾਰਟ ਸੈਕਿੰਡ ਪਾਰਟ ਬੇਟਾ ਬਿਲਕੁਲ ਈਜ਼ੀ ਹੈ ਸੈਕਿੰਡ ਪਾਰਟ ਦੇ ਵਿੱਚ ਤੁਸੀਂ ਨੇ ਕੀ ਕਰਨਾ ਹੈ ਉਹਨਾਂ ਨੇ ਕੀ ਕਿਹਾ ਆਪਾਂ ਨੂੰ ਕਹਿੰਦਾ ਐਕਸਪ੍ਰੈਸ ਦਾ ਫੋਲੋਇੰਗ ਲੀਨੀਅਰ ਇਕੁਏਸ਼ਨ ਇਨ ਦਾ ਫੋਰਮ ਆਫ ਏ ਐਕਸ ਪਲੱਸ ਬੀ ਵਾਈ ਪਲੱਸ ਸੀ ਇਜ਼ ਇਕਲ ਟੂ 0 ਐਂਡ ਇੰਡੀਕੇਟ ਦਾ ਵੈਲਿਊ ਆਫ ਏ ਬੀ ਸੀ ਕਲੀਅਰ ਹੈ ਵੀ ਹਾਂਜੀ ਬੇਟਾ ਆਪਾਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਜਿਹੜਾ ਸੈਕਿੰਡ ਪਾਰਟ ਹੈ ਉਹਨੂੰ ਆਪਾਂ ਏ ਐਕਸ ਪਲੱਸ ਬੀ ਵਾਈ ਕਲੀਅਰ ਹੈ ਵੀ ਪਲੱਸ ਸੀ ਇਜ਼ ਇਕਲ ਟੂ 0 ਦੇ ਵਿੱਚ ਫੋਰਮ ਦੇ ਵਿੱਚ ਬਣਾਉਣਾ ਹੈ ਉਸ ਤੋਂ ਬਾਅਦ ਆਪਾਂ ਨੇ ਏ ਬੀ ਸੀ ਦੀ ਵੈਲਿਊ ਪੁੱਟ ਕਰਨੀ ਹੈ 2x ਪਲੱਸ 3y ਇਜ਼ ਇਕਲ ਟੂ 9.35 ਦੇ ਉੱਪਰ ਬਾਰ ਸਭ ਤੋਂ ਪਹਿਲਾਂ ਫਾਰਮ ਦੇ ਵਿੱਚ ਬਣਾਉਣਾ ਹੈ ਤਾਂ ਉੱਥੇ ਕੀ ਹੈ ਜੋ 2x ਪਲੱਸ 3y ਆਹ ਟਰਮ ਇੱਧਰ ਆ ਕੇ ਕੀ ਹੋਜੂਗੀ ਮਾਈਨਸ ਦਾ ਵੀ ਇਜ਼ ਇਕਲ ਟੂ 0 ਹੁਣ ਇੱਥੇ ਏ ਦੀ ਵੈਲਿਊ ਕੀ ਹੈ ਬੇਟਾ ਐਕਸ ਦੇ ਨਾਲ ਜਿਹੜਾ ਐਕਸ ਦਾ ਕੋਫੀਸ਼ੀਐਂਟ ਉਹ ਕੀ ਹੈ 2 ਹੈ ਤਾਂ ਇਹ ਉਹ ਹੈਗੀ ਏ ਦੀ ਵੈਲਿਊ ਬੀ ਬੇਟਾ ਜਿਹੜਾ ਵਾਈ ਦੇ ਨਾਲ ਹੈ ਉਹ ਕੀ ਹੈ 3 ਹੈ ਪਲੱਸ 3 ਹੈ ਇਟ ਮੀਨਸ ਪਲੱਸ 3 ਹੈ ਬੀ ਸੀ ਬੇਟਾ ਮਾਈਨਸ 9.35 ਦੇ ਉੱਪਰ ਬਾ ਇਹ ਆ ਜੂਗਾ ਕਲੀਅਰ ਹੈ ਵੀ ਇੱਕ ਤੁਹਾਨੂੰ ਕੁਐਸਚਨ ਹੋਰ ਸਮਝਾ ਦੇਣਾ ਜੇ ਮੰਨ ਕੇ ਚੱਲੋ 7th ਪਾਰਟ ਬੇਟਾ 7th ਪਾਰਟ ਉਹਨਾਂ ਨੇ ਕੀ ਕਿਹਾ ਵਾਈ ਮਾਈਨਸ 2 ਇਜ਼ ਇਕਲ ਟੂ 0 ਕਲੀਅਰ ਹੈ ਪਹਿਲਾਂ ਉਹ ਫਾਰਮ ਦੇ ਵਿੱਚ ਬਣਾਈਏ ਉਹ ਕਿਵੇਂ ਬਣੂਗਾ ਵੀ 0x ਪਲੱਸ ਵਾਈ ਤੁਹਾਡਾ ਹੈਜ਼ ਇਟ ਇਜ਼ ਆ ਗਿਆ ਮਾਈਨਸ 2 ਇਜ਼ ਇਕਲ ਟੂ 0 ਹੁਣ ਇੱਥੇ ਏ ਦੀ ਵੈਲਿਊ ਕਿੰਨੀ ਹੈ ਬੇਟਾ 0 ਬੀ ਦੀ ਵੈਲਿਊ ਕਿੰਨੀ ਹੈ ਬੇਟਾ ਵਾਈ ਨਾਲ ਕੋਈ ਵੀ ਟਰਮ ਇਟ ਮੀਨਸ 1 ਕਲੀਅਰ ਹੈ ਸੀ ਦੀ ਵੈਲਿਊ ਕੀ ਆ ਜੂ ਮਾਈਨਸ 2 ਕਲੀਅਰ ਹੈ ਵੀ ਇਹ ਸੀਗਾ ਬੇਟਾ ਤੁਹਾਡਾ ਸੈਕਿੰਡ ਪਾਰਟ ਹਾਂਜੀ ਬੇਟਾ ਅੱਜ ਦੀ ਵੀਡੀਓ ਜਿਹੜੀ ਤੁਹਾਡੀ ਬੇਟਾ ਉਹ ਐਕਸਰਸਾਈਜ਼ 4.1 ਹੈ ਉਹ ਤੁਸੀਂ ਨੇ ਕੀ ਕਰਨੀ ਹੈ ਬੇਟਾ ਨੋਟਬੁੱਕ ਦੇ ਉੱਪਰ ਕੰਪਲੀਟ ਕਰਨੀ ਹੈ ਹਾਂਜੀ ਬੇਟਾ ਥੈਂਕਸ ਸਟੂਡੈਂਟਸ